75 ਮੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਤਿਰੰਗਾ ਯਾਤਰਾ ਡਿਪਟੀ ਮੁੱਖ ਮੰਤਰੀ ਅਤੇ ਮੌਜੂਦਾ ਐਮ.ਐਲ.ਏ ਸੁਖਜਿੰਦਰ ਰੰਦਾਵਾ ਵੱਲੋਂ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਵਿਖੇ ਕੱਢੀ ਗਈ ਇਹ ਯਾਤਰਾ ਕਰਤਾਰਪੁਰ ਕੋਰੀਡੋਰ ਇੰਡੋ-ਪਾਕ ਸਰਹੱਦ ਤੋਂ ਸ਼ੁਰੂ ਹੁੰਦੇ ਹੋਏ ਡੇਰਾ ਬਾਬਾ ਨਾਨਕ ਵਿਚੋਂ ਦੀ ਕੱਢੀ ਗਈ ਇਸ ਮੌਕੇ ਹਜ਼ਾਰਾਂ ਦੀ ਤعداد ਵਿੱਚ ਲੋਕ ਮੌਜੂਦ ਰਹੇ ਅਤੇ ਹਜ਼ਾਰਾਂ ਦੀ ਤعداد ਵਿੱਚ ਤਿਰੰਗੇ ਹਵਾ ਵਿੱਚ ਲਹਿਰਾਉਂਦੇ ਦਿਖਾਈ ਦਿੱਤੇ ਇਸ ਮੌਕੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਅਸੀਂ ਤਿਰੰਗੇ ਦਾ ਸਨਮਾਨ ਨਮਾ ਨਹੀਂ ਕਰਨ ਲੱਗੇ ਸੋ ਗੋ ਤਿਰੰਗੇ ਦਾ ਸਨਮਾਨ ਤਾਂ ਸਦੀਆਂ ਤੋਂ ਹੀ ਸਾਡੇ ਦਿਲਾਂ ਅੰਦਰ ਬਸਿਆ ਹੋਇਆ ਏ ਸਾਡੇ ਬਜ਼ੁਰਗਾਂ ਨੇ ਆਪਣੀਆਂ ਜਾਨਾਂ ਦੀ ਅਹੂਤੀ ਦੇ ਕੇ ਇਹ ਆਜ਼ਾਦੀ ਅਤੇ ਤਿਰੰਗੇ ਦਾ ਸਨਮਾਨ ਹਾਸਲ ਕੀਤਾ ਏ ਉਹਨਾਂ ਇਹ ਵੀ ਕਿਹਾ ਕਿ ਅਸੀਂ ਇਸ ਸਨਮਾਨ ਨੂੰ ਕਿਸੇ ਵੀ ਹਾਲਤ ਦੇ ਵਿੱਚ ਭੁਲਾ ਨਹੀਂ ਸਕਦੇ ਉੱਥੇ ਹੀ ਰੰਦਾਵਾ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਦੇ ਲੀਡਰ ਦੱਸਣ ਤੇ ਉਹਨਾਂ ਦੇ ਕਿਸ ਪਰਵਾਰਿਕ ਮੈਂਬਰ ਜਾਂ ਰਿਸ਼ਤੇਦਾਰ ਨੇ ਦੇਸ਼ ਦੀ ਆਜ਼ਾਦੀ ਦੇ ਖਾਤਰ ਸ਼ਹਾਦਤ ਦਿੱਤੀ ਹੈ ਭਾਜਪਾ ਦੇ ਕਹਿੰਦੇ ਅਸੀਂ ਦੇਸ਼ ਭਗਤ ਨਹੀਂ ਬਣਨਾ ਦੇਸ਼ ਭਗਤੀ ਪਹਿਲਾਂ ਤੋਂ ਹੀ ਸਾਡੇ ਖੂਨ ਵਿੱਚ ਹੈ ਧਾਰੀਵਾਲ ਤੋਂ ਅੱਜ ਦੀ ਆਵਾਜ਼ ਲਈ ਪ੍ਰੇਮ ਸਿੰਘ ਅਤੇ ਰਣਜੀਤ ਸਿੰਘ ਧਾਰੀਵਾਲ ਦੀ ਰਿਪੋਰਟ ਬਾਰਡਰ ਯਾ ਡੇਰਾਪਾਪਾ ਨਾਣ ਜੇ ਇਹ ਤੋਂ ਆਪਾਂ ਪੁਰਾਣਾ ਇਤਿਹਾਸ ਵੇਖੀਏ ਜਿਸ ਵੇਲੇ ਭਾਰਤ-ਪਾਕ ਦੀ ਵੰਡ ਹੋਈ ਤੇ ਇੱਥੇ ਜਿਹੜਾ ਪੋਲ ਸੀਗਾ ਸਭ ਤੋਂ ਵੱਧ ਜੇ ਕੋਈ ਕਤਲੇਆਮ ਹੋਇਆ ਤੇ ਇਸ ਪੋਲ ਦੇ ਉੱਤੇ ਰਾਵੀ ਦਰਿਆ ਦੋਨਾਂ ਪਾਸਿਆਂ ਤੋਂ ਜਿਹੜੀਆਂ ਗੱਡੀਆਂ ਦੇ ਇਹ ਲਾਸ਼ਾਂ ਨਾ ਪੜ ਗਿਆ ਸੀ ਇਹ ਜਿਹੜਾ ਤਰੰਗਾ ਇਹ ਬਹੁਤ ਮੁਸ਼ਕਲ ਮਿਲਿਆ ਆਜ਼ਾਦੀ ਬੜੀ ਮੁਸ਼ਕਲ ਮਿਲੀ ਆ ਅੱਜ ਕੋਈ ਇਹ ਕਹੇ ਕਿ ਅਸੀਂ ਜੀ ਤਰੰਗਾ ਯਾਤਰਾ ਕੱਢਣੀ ਆ ਜਾਂ ਕੋਈ ਹੋਰ ਕਰਨੇ ਤਿਰੰਗਾ ਤੇ ਦਿਲਾਂ ਚ ਵਸ ਗਿਆ ਇਸ ਤਿਰੰਗੇ ਚ ਤੁਸੀਂ ਜਦੋਂ ਚੰਗੀ ਪਿੰਡ ਤੋਂ ਲੈ ਕੇ ਬਟਾਲੇ ਤੱਕ ਜਾਂ ਗੁਰਦਾਸਪੁਰ ਤੱਕ ਉਹ ਲੂਨੇ ਪਿੰਡ ਤੱਕ ਜਾਓ ਤੇ ਇੱਥੇ ਉਹ ਦੇਸ਼ ਭਗਤ ਨੇ ਜੱਤੇ ਜੇ ਵੀਲੇ ਪਿੰਡ ਦੇ ਜੇ 22 ਇੱਕ ਪਿੰਡ ਦੇ ਦੇਸ਼ ਭਗਤ ਹੋਏ ਨੇ ਇਹ ਉਹ ਦੇਸ਼ ਭਗਤ ਨੇ ਜਿਨ੍ਹਾਂ ਨੇ ਆਪਣੇ ਖੂਨ ਨਾਲ ਇਹ ਜਿਹੜਾ ਤਿਰੰਗਾ ਰੰਗਿਆ ਸੀ ਅੱਜ ਅਸੀਂ ਇਸ ਕਰਕੇ ਕੀਤੇ ਕਿ ਅਸੀਂ ਆਪਣੇ ਅੰਤਰਾਤਮਾਨ ਵੱਲ ਵੇਖੀਏ ਕਿ ਜਿਹੜੀ ਸਾਨੂੰ ਆਜ਼ਾਦੀ ਮਿਲੀ ਆ ਜਿਹੜੀ ਇਹ ਰਾਵੀ ਖੂਨ ਦੇ ਨਾਲ ਭਰੀ ਜਾਂਦੀ ਸੀ ਉਸ ਆਜ਼ਾਦੀ ਨੂੰ ਬਰਕਰਾਰ ਕਿਵੇਂ ਰੱਖਣਾ ਅੱਜ ਸੰਪਰਦਾਇਕ ਜਿਹੜੀਆਂ ਤਾਕਤਾਂ ਨੇ ਉਹ ਫੇਰ ਹਿੰਦੁਸਤਾਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਉਸ ਵੇਲੇ ਵੀ ਹਿੰਦੂ ਸਿੱਖ ਜਾਂ ਮੁਸਲਮਾਨ ਜਿਹੜਾ ਵਿਵਾਦ ਚੱਲਿਆ ਸੀ ਉਹਦੀ ਬੜੀ ਵੱਡੀ ਕੁਰਬਾਨੀ ਦੇਣੀ ਪਈ ਸਨ ਤੇ ਉਹ ਸਾਹਮਣੇ ਸਰਪਾਲਪੁਰ ਸਾਹਿਬ ਦਾ ਗੁਰਦੁਆਰਾ ਇੱਥੇ ਗੁਰੂ ਨਾਨਕ ਸਾਹਿਬ ਨੇ ਊਚ ਨੀਚ ਦਾ ਖਤਮ ਕੀਤੀ ਸੀ ਇੱਥੇ ਉਹਨਾਂ ਨੇ ਕਰਸਾਨੀ ਦਾ ਹੂਕਾ ਦਿੱਤਾ ਕਿ ਉੱਤਮ ਕੀਤੀ ਮਰਦਮ ਵਪਾਰ ਨਖਿਤ ਚੱਕਰੀ ਇੱਥੇ ਕਿਹਾ ਸੀ ਤੇ ਇੱਕ ਪੰਗਤ ਲਾ ਕੇ ਉਹਦੇ ਸੰਗਤ ਦੇ ਰੂਪ ਚ ਹਰ ਜਾਤੀ ਦਾ ਜਿਹੜਾ ਸੀ ਉਹਨੇ ਉੱਥੇ ਪ੍ਰਸ਼ਾਦਾ ਛਕਿਆ ਅਸੀਂ ਆਪਣੇ ਬਾਪੇ ਨਾਨਕ ਦੀਆਂ ਪਰੰਪਰਾਵਾਂ ਆਪਣੇ ਦੇਸ਼ ਦੀਆਂ ਪਰੰਪਰਾਵਾਂ ਆਪਣੇ ਸੱਭਿਆਚਾਰ ਨੂੰ ਅਸੀਂ ਛੱਡ ਰਹੇ ਹਾਂ ਅੱਜ ਜੇ ਕੋਈ ਇਹ ਕਵੇ ਜੇ ਕੋਈ ਕਾਂਗਰਸ ਨੂੰ ਇਹ ਕਵੇ ਕਿ ਤੁਹਾਨੂੰ ਆਪਣੀ ਦੇਸ਼ ਭਗਤੀ ਦੀਦਰ ਮੈਂ ਉਹਦੇ ਤੇ ਕਹਿੰਦਾ ਕਿ ਇਹ ਜਿਹੜੇ ਰਾਜ ਅੱਜਕੱਲ ਕਰ ਰਹੇ ਨੇ ਥੱਲੇ ਜਾਂ ਉੱਤੇ ਇਹ ਤੇ ਦੱਸਣ ਕਿ ਇਹਨਾਂ ਦੇ ਪਰਿਵਾਰਾਂ ਨੇ ਅਜੇ ਤੱਕ ਕਿਹੜੀ ਦੇਸ਼ ਦੀ ਆਜ਼ਾਦੀ ਜਾਂ ਉਸ ਟਾਈਮ ਦੇ ਵਿੱਚ ਕੀ ਉਹਨਾਂ ਨੇ ਕਾਹ ਲੈਣਾ ਕਾ ਲਈਆ ਇਤਿਹਾਸ ਜਿਹੜੀਆਂ ਕੌਮਾਂ ਜਾਂ ਜਿਹੜੇ ਦੇਸ਼ ਆਪਣਾ ਉਤਿਆਸ ਭੁੱਲ ਜਾਂਦੇ ਨੇ ਉਹ ਕਦੀ ਤਰੱਕੀ ਨਹੀਂ ਕਰਦੇ ਇਹ ਕਰਨਾ ਕਿ ਅਸੀਂ ਚੈੱਕ ਕਰਦਾਂਗੇ ਉਹ ਕਰਦਾਂਗੇ ਇਹ ਚੀਜ਼ਾਂ ਨਹੀਂ ਇਹ ਸਾਡੇ ਜਿਹੜੇ ਦੇਸ਼ ਭਗਤ ਨੇ ਉਹਨਾਂ ਆਜ਼ਾਦੀ ਲਈ ਸੀ ਜੇ ਅਸੀਂ ਦੇਸ਼ ਨੂੰ ਖੁਸ਼ਹਾਲ ਵੇਖਣਾ ਚਾਹੁੰਦੇ ਆ ਨਾ ਕਿ ਉਹਨੂੰ ਫੇਰ ਗੁਲਾਮ ਸਰ ਕਹਿੰਦਾ ਵਾ ਸਰ ਇੱਥੋਂ ਬਚਪਨ ਕੱਢਿਆ ਇੱਥੋਂ ਦੇ ਸ਼ਹਿਰ ਜਿਹੜੇ ਵੱਡੇ ਹੁੰਦਾ ਵਾ ਸਰ ਆਪਣੇ بڑے ਵੱਡੇ ਅਹੁਦਿਆਂ ਤੇ ਪਰ ਤੁਸੀਂ ਇੱਥੇ ਬਚਪਨ ਪਹਿਲਾਂ ਤੇ ਬਚਪਨ ਦੀ ਕੋਈ ਉਹ ਯਾਦ ਜਦੋਂ ਦੇਸ਼ ਦੀ ਵੰਡ ਹੋਣ ਤੋਂ ਬਾਅਦ ਕਰੀ ਐਸਾ ਮੈਂ ਦੇਸ਼ ਦੀ ਵੰਡ ਹੋਣ ਦੇ ਤੋਂ ਮੈਂ ਤੋਂ ਚਲੋ ਮੇਰਾ ਮੇਰਾ ਤੇ ਹੈ ਹੀ 60 59 ਤੇ ਮੇਰਾ ਬਾਸ ਤੇ ਆ ਪਰ ਇੱਕ ਚੀਜ਼ ਮੈਂ ਜ਼ਰੂਰ ਵਿਖੇ ਕਿ 60 ਜਦੋਂ 71 ਦੀ ਵਾਰ ਹੋਈ ਸੀ ਤੇ ਜਿਹੜਾ ਪੋਲ ਜਿਹੜਾ ਸੀ ਉਹਨੂੰ ਤੇ ਜਦੋਂ ਕੈਪਚਰ ਕੀਤਾ ਉਸ ਵੇਲੇ ਮੇਰੇ ਫਾਦਰ ਐਮ ਐਲ ਏ ਸੀਗੇ ਕਰਨਲ ਸੰਧੂ ਹੁਣ ਬਾਅਦ ਚ ਬ੍ਰਿਗੇਡਿਓ ਉਹਨਾਂ ਦੀ ਡੈਥ ਹੋ ਗਿਆ ਟੈਂ ਡੋਗਰਾ ਇੱਥੇ ਹੁੰਦੀ ਸੀ ਉਹਨਾਂ ਦੇ ਟਾਈਮ ਤੇ ਉਹ ਪੋਲ ਜਿਹੜਾ ਕਬਜ਼ਾ ਕੀਤਾ ਮਹਿੰਗਾ ਰਾਮ ਉਸ ਟਾਈਮ ਦਾ ਗਵਾਹ ਆ ਈ ਉਸ ਟਾਈਮ ਸੀ ਬਾਬਾ ਅਮਰੀਕ ਸਿੰਘ ਦਾ ਪੇਟਾ ਇੱਥੇ ਹੋਣਾ ਬੰਟੂ ਆਹ ਉਹ ਕਰਨਲ ਸੰਦੋਈ ਉਹ ਬਾਬਾ ਬੰਟੂ ਉਹਦੇ ਪਿਤਾ ਜੀ ਦੀ ਦੁਕਾਨੋਂ ਦੀ ਸਰਦਾਰ ਅਮਰੀਕ ਸਿੰਘ ਦੀ ਉਸ ਵੇਲੇ ਤਿਰੰਗਾ ਨਹੀਂ ਸੀ ਲੱਭ ਰਿਹਾ ਕਿ ਤਿਰੰਗਾ ਜਾ ਕੇ ਪੁਲ ਤੇ ਚੜਾਉਣਾ ਤੇ ਇਹ 4 ਦੀ 4 ਔਰ 5 ਦੀ ਰਾਤ ਆ ਮੈਂ ਬਾਜੀ ਤੱਕ ਜਾਦੇ ਅਸੀਂ ਵੀ ਆਏ ਸੀ ਸਵੇਰੇ ਤੇ ਕਹਿੰਦੇ ਬੱਚੇ ਨਹੀਂ ਜਾਣ ਦੇਣੇ ਉੱਥੇ ਕਿਉਂਕਿ ਜਿਸ ਵੇਲੇ ਤਿਰੰਗਾ ਚੜਾਉਣਾ ਉੱਥੇ ਉਸ ਵੇਲੇ ਪਾਕਿਸਤਾਨ ਨੇ ਚੜਾਉਣ ਨਹੀਂ ਦੇਣਾ ਤੇ ਅਸੀਂ ਚੜਾਉਣਾ ਤੇ ਉਸ ਵੇਲੇ ਉਹਦੀ ਦੁਕਾਨ ਤੋਂ ਸਰਦਾਰ ਅਮਰੀਕ ਸਿੰਘ ਦੀ ਦੁਕਾਨ ਤੋਂ ਕਪੜਾ ਲਿਆ ਤਿੰਨ ਰੰਗਾ ਇੱਕ ਨਰੈਣ ਸਿੰਘ ਕੇ ਪਰਨੇ ਦਰਜੀ ਹੁੰਦਾ ਸੀ ਉਹ ਆਪਣੀ ਮਸ਼ੀਨ ਚੁੱਕਣ ਆਇਆ ਸੀ ਕਹਿੰਦਾ ਮੇਰੀ ਤੇ ਰੋਜੀ ਰੋਟੀ ਇਹੋ ਆ ਤੇ ਹੁਣ ਸਾਰਾ ਸ਼ਹਿਰ ਕਲੇ ਉਹਨੇ ਤਿਰੰਗਾ ਸੀਤਾ ਨੀਲੀ ਸ਼ਾਈ ਲੈ ਕੇ ਵਿੱਚ ਅਸ਼ੋਕ ਚੱਕਰ ਬਣਾਇਆ ਤੇ ਉਹ ਝੰਡਾ ਜਾ ਕੇ ਕਰਨਲ ਸੰਧੂ ਤੇ ਉਦੋਂ ਮਿਲ ਗੋਰੀ ਸ਼ੰਕਰੋਂ ਦੇ ਸੀ ਬ੍ਰਿਗੇਡ ਕਮਾਂਡਰ ਕਹਿੰਦਾ ਸਾਰ ਨੂੰ ਕਹਿੰਦਾ ਵਸੋਗੇ ਜਿਹੜੇ ਕਹਿੰਦੇ ਨੇ ਕਿ ਜਿਹਦੇ ਘਰ ਦੇ ਉੱਤੇ ਤਿਰੰਗਾ ਨਹੀਂ ਲੱਗਾ ਹੋਏਗਾ ਉਹ ਦੇਸ਼ਵਰੋਹੀ ਮੈਂ ਦੇ ਤੁਹਾਨੂੰ ਸਭ ਤੋਂ ਵੱਡੀ ਗੱਲ ਦੱਸ ਦਿੱਤੀ ਕਿ ਮੈਂ ਆ ਪਾਇਆ ਸਾਨੂੰ ਉੱਥੇ ਖੜਾ ਰੱਖਿਆ ਕਿ ਬੱਚੇ ਨਹੀਂ ਜਾਣਗੇ ਤੇ ਮੈਨੂੰ ਇਹ ਵੀ ਯਾਦ ਆ ਕਿ ਉਸ ਵੇਲੇ ਬਾਅਦ ਚ ਜਦੋਂ ਅਸੀਂ ਪੁਲ ਕੈਪਚਰ ਕਰ ਲਿਆ ਤੇ ਵੇਖਣ ਗਏ ਸਾਡੇ ਇੱਥੇ ਇੱਕ ਮਿਸਟਕ ਕੱਕੜ ਹੁੰਦੇ ਸੀ ਐ ਐਸਟੀਐਮ ਅਹੀਂ ਸਾਰੇ ਉਹ ਪੁਲ ਵੇਖਣ ਗਏ ਆ ਤੇ ਮਾਈਂਦ ਲੱਗੇ ਸੀ ਤੇ ਉਹਦੀ ਵਾਈਫ ਦੀ ਮਾਈਂਦ ਦੇ ਨਾਲ ਲੱਤ ਵੀ ਉੱਡ ਗਈ ਸੀ ਤੇ ਯਾਰ ਇਹ ਤੇ ਤੁਹਾਡੀ ਦੇਸ਼ ਭਗਤੀ ਕਿਹੜੀ ਆ ਇਹ ਤੇ ਖោਤੀ ਦੇਸ਼ ਭਗਤ ਨੇ ਜਿੰਨਾ ਵੇਖਿਆ ਹੀ ਕੱਖ ਨਹੀਂ ਸਾਹਿਬ ਇੱਕ ਪਾਸੇ ਜਿੱਥੇ ਕੇਂਦਰ ਕਹਿ ਰਿਹਾ ਕਿ ਘਰ ਘਰ ਤਿਰੰਗਾ ਲਹਿਰਾਇਆ ਜਾਵੇ ਉੱਥੇ ਹੀ ਸਰਕਾਰਾਂ ਸਰਕਾਰੀ ਅਧਿਕਾਰੀਆਂ ਨੂੰ ਕਹਿ ਰਹੇ ਨੇ ਕਿ ਖੁਦ ਝੰਡੇ ਖਰੀਦਣ ਤੇ ਲੋਕਾਂ ਨੂੰ ਦੇਣ ਕੀ ਸਮਝ ਆ ਇਹ ਜਿਹੜੇ ਇਧਰ ਨੂੰ ਇੱਕ ਵਾਰ ਤੁਸੀਂ ਨਜ਼ਰ ਮਾਰੋ ਇਹ ਤਿਰੰਗੇ ਆਪਣੇ ਲੈ ਕੇ ਆਏ ਨੇ ਤਿਰੰਗੇ ਕਦੀ ਵੀ ਮੈਂ ਪਿੱਛੇ ਮੈਨੂੰ ਇੱਕ ਦੋ ਵਾਰੀ ਅਮਰੀਕਾ ਜਾਣ ਦਾ ਬੌਕਾ ਮਿਲਿਆ ਉਹਨਾਂ ਦੇ ਇੰਡੀਪੈਂਡੈਂਸ ਡੇ ਤੇ ਹਰ ਘਰ ਦੇ ਉੱਤੇ ਚੰਡਾ ਸੀ ਦੇਸ਼ ਭਗਤੀ ਉਹ ਹੁੰਦੀ ਆ ਨਾ ਕਿ ਸਰਕਾਰਾਂ ਕਹਿਣ ਕਿਉਂ ਲੋੜ ਪਈ ਆ 8 ਸਾਲ ਕਿਉਂ ਨਹੀਂ મોદી ਨੂੰ ਲੋੜ ਪਈ ਕਹਿਣ ਦੀ ਕਿ ਹਰ ਘਰ ਤੇ ਇਲੈਕਸ਼ਨ ਆ ਕੀ ਨੇੜੇ ਤੇ ਹੁਣ ਦੱਸ ਲੈ ਦੇਸ਼ ਭਗਤੀ ਸਾਡੇ ਚ ਖੂਨ ਸਾਡੇ ਖੂਨ ਚ ਆ ਨਾ ਕਿ ਇਹਦੇ ਚ ਸਰਕਾਰਾਂ ਆਉਣੀਆਂ ਜਣੀਆਂ ਵੱਖਰੀ ਗੱਲ ਆ ਪਰ ਜਿੱਥੇ ਆਪਾਂ ਖੜੇ ਆ ਆ ਜਿੰਨੇ ਬੰਦੇ ਇੱਥੇ ਖੜੇ ਨੇ ਡੇਰ ਬਾਬਾ ਨਾਨਕ ਵਾਲੇ ਇਹਨਾਂ ਨੂੰ ਪਤਾ ਘੱਤਰ ਦੀ ਲੜਾਈ ਚ ਵੀ ਪਾਣ ਕੇ ਥਾਣੇ ਚ ਬੰਬ ਡਿੱਗਾ ਸੀ ਉਸੇ ਸਾਡੀ ਪੂਰੀ ਪੁਲਿਸ ਉੱਥੇ ਰਹੀ ਸੀ ਉਹਨਾਂ ਦੇਸ਼ ਭਗਤਾਂ ਨੂੰ ਕਿੱਦਾਂ ਆਪਾਂ ਪੁੱਲ ਸਕਦੇ ਇੱਕ ਗੋਲੀ ਨੇ ਕਿਸੇ ਨੂੰ ਲੱਗੀ ਕਰਨਲ ਸੰਧੂ ਨੂੰ ਸੁਣੋ ਕਰਨਲ ਸੰਧੂ ਦੀ ਲੱਤ 'ਚ ਗੋਲੀ ਲੱਗੀ ਮੇਰੇ ਫੌਜ ਨੇ ਕਿਹਾ ਕਿ ਕਰਨਲ ਸਾਹਿਬ ਇਹ ਜਾ ਕੇ ਖੂਨ 'ਚ ਗੋਲੀ ਖਡਵਾਓ ਕਹਿੰਦੇ ਰੰਧਾਵਾ ਸਾਹਿਬ ਜਾਂ ਤੇ ਡੇਰਾ ਬਾਬਾ ਨਾਨਕ ਦੀ ਧਰਤੀ 'ਚ ਬਾਬੇ ਨਾਨਕ ਦੀ ਧਰਤੀ 'ਚ ਇੰਨਾ ਜੋਰ ਆ ਤੇ ਜਾਂ ਉਹਨਾਂ ਦਾ ਅਸਲਾ ਇੰਨਾ ਕਮਜ਼ੋਰ ਸੀ ਕਿ ਮੇਰੀ ਹੱਡੀ ਨੂੰ ਨਹੀਂ ਚੀਰ ਸਕੀ ਤੇ ਇਹ ਜਜ਼ਬਾ ਹੁੰਦਾ ਜੇ ਇਹ ਕਹੇ ਝੰਡਾ ਲਾ ਦੋ ਜਾ ਕੇ ਕਰ ਦੋ ਇਹਨਾਂ ਨੂੰ ਮੈਂ ਬੀਜੇਪੀ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਦੱਸੋ ਤਾਂ ਸਹੀ ਕੋਈ ਪੂਰੀ ਪਾਰਲੀਮੈਂਟ ਦੇ ਬਾਹਰ ਖੜੀ ਕਰਕੇ ਦੱਸੋ ਕਿ ਕਿਹੜੇ ਤੁਹਾਡੇ ਪਰਿਵਾਰਾਂ ਨੇ ਜਾ ਕੇ ਆਜ਼ਾਦੀ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਜਾਂ ਆਜ਼ਾਦੀ ਦੀ ਲਹਿਰ 'ਚ ਹਿੱਸਾ ਪਾਇਆ ਇਹ ਤਾਂ ਦੱਸਣਾ ਬਣਦਾ ਹੈ ਕਿ ਨਹੀਂ ਤਾਂ ਹੀ ਹੋਏਗਾ ਜਜ਼ਬਾ ਜੇ ਸਾਡੇ ਖੂਨ 'ਚ ਹੋਏਗੀ ਜੇ ਸਾਡੇ ਕੋਈ ਘਰ ਦਾ ਕੋਈ ਰਿਸ਼ਤੇਦਾਰ ਜਾਂ ਕੋਈ ਯਾਰ ਯਾਰ ਕੌਣ ਪੁਲਸ ਦਾ ਚੰਗੀ ਵਾਲੇ ਨੂੰ ਉਹਦਾ ਮੇਰਾ ਪੋਤਰਾ ਉਹਨਾਂ ਦਾ ਮੇਰੇ ਨਾਲ ਗਨਮੈਨ ਆ ਕੌਣ ਪੁਲਸ ਦਾ ਵਾਸਦੇਵ ਸਿੰਘ ਨੂੰ ਜਾ ਜਿਹਨੇ 22 ਸਾਲ ਜਾਂ ساری ਜ਼ਿੰਦਗੀ ਜੇਲ੍ਹ ਚ ਕੱਟ ਲਈ ਹੋਏ ਕੌਣ ਪੁਲਿਸ ਦਾ ਤੇਜਾ ਸਿੰਘ ਸੁਤੰਤਰ ਨੂੰ ਔ ਲੂਨੇਵਾੜ ਨੂੰ ਕੌਣ ਰਾਮ ਸਿੰਘ ਦਾਤ ਨੂੰ ਪੁੱਲ ਸਕਦਾ ਕੌਣ ਇਹਨਾਂ ਵੱਡੇ ਵੱਡੇ ਲੀਡਰਾਂ ਨੂੰ ਕੌਣ ਸੋ ਜਸਵੰਤ ਸਿੰਘ ਰਾਏ ਨੂੰ ਭੁੱਲ ਸਕਦਾ ਜਿਹਨੇ ਹਫ਼ਤਾ ਬੋਲ-ਬੋਲ ਕੇ ਦੁਨੀਆ ਇਕੱਠੀ ਕਰ ਦਿੱਤੀ ਮਗਰ ਲਾਤੀ ਸ਼ਦਾਈ ਕਰ ਦਿੱਤੀ ਪਰਵਾਨੇ ਬਣਾ ਦਿੱਤੇ ਕੌਣ ਤਾਰਦ ਸਾਹਿਬ ਨੂੰ ਭੁੱਲ ਸਕਦਾ ਬਟਾਲੇ ਦੇ ਤੁਹਾਡੇ ਸੀਗੇ ਉਹਨਾਂ ਨੂੰ ਕੌਣ ਭੁੱਲ ਸਕਦਾ ਜਿਨ੍ਹਾਂ ਹਫ਼ਤਾ ਬੋਲ ਕੇ ਤੇ ਰਾਤ ਲੋਕੇ ਦੇਣੇ ਲੋਖਣਾ ਤੇ ਰਾਤ ਨੂੰ ਲੋਕਾਂ ਦੇ ਘਰਾਂ 'ਚ ਉਰਦੂ 'ਚ ਲਿਖ ਲੈ ਕੇ ਲੋਕਾਂ ਦੇ ਘਰਾਂ 'ਚ ਗੁਫਤਾ ਪਹੁੰਚਾ ਬੀਜੇਪੀ ਨੂੰ ਉਹ ਜਜ਼ਬਾ ਪੈਦਾ ਕਰੇ ਕੰਧਾ ਸਾਹਿਬ ਜੇ ਗੱਲ ਕੀਤੀ ਜਾਵੇ ਤਾਂ ਅੱਜ ਐਜੀਪੀਸੀ ਵੱਲੋਂ ਜ਼ਿਲ੍ਹਾ ਹੈੱਡਕੁਆਟਰਾਂ ਤੇ ਮੰਗ ਪੱਤਰ ਦਿੱਤੇ ਜਾ ਰਹੇ ਆ ਇਹ ਕਹਿ ਕੇ ਕਿ ਆਜ਼ਾਦੀ ਦੀ ਲੜਾਈ ਦੇ ਵਿੱਚ 80% ਜਿਹੜਾ ਸਿੱਖਾਂ ਦੀ ਕੌਮ ਦਾ ਹੱਥ ਸੀ ਕੁਰਬਾਨੀਆਂ ਦਿੱਤੀਆਂ ਸੀ ਉਹਨਾਂ ਨੇ ਤਾਂ ਅੱਜ ਉਹਨਾਂ ਕੁਰਬਾਨੀਆਂ ਨੂੰ ਯਾਦ ਕਰਕੇ ਬੰਦੀ ਸਿੰਘਾਂ ਨੂੰ ਰਹਾ ਕੀਤਾ ਜਾਵੇ ਆਜ਼ਾਦੀ ਵਾਲੇ ਦਾ ਇਹ ਤੇ ਮੈਂ ਇਹਨੂੰ ਪੁੱਛਣਾ ਚਾਹੁੰਦਾ ਕਿ ਅੱਜ ਸੁਖਵੀਰ ਬਾਦਲ ਦੇ ਰਿਹਾ ਕੀ ਗੱਲ ਹੈ 10 ਸਾਲ ਚੀਫ ਮਿਨਿਸਟਰ ਰਿਹਾ ਇਹਨੇ ਤੇ ਇੱਕ ਬੰਦਾ ਨਹੀਂ ਛੱਡਿਆ ਮੈਂ ਕਹਿੰਦਾ ਇਕੱਠੋ ਕੇ ਕਹਿੰਨਾ ਕਿ ਮੈਂ 7 ਬੰਦੀ ਸਿੰਘ ਛੱਡੇ ਨੇ ਪੰਜਾਬ ਦੇ ਵਿੱਚੋਂ ਕੈਪਟਨ ਮਨਿੰਦਰ ਸਿੰਘ ਦਾ ਰਾਸੀ ਮੈਂ ਲਿਖ ਕੇ ਭੇਜੇ 7 ਛੱਡਿਆ ਇਹ ਇਹ ਅਕਾਲੀ ਦਲ ਵੀ ਦੱਸੇ ਨਾ ਕਿਹੜਾ ਛੱਡਿਆ ਮੈਂ ਲਿਖੇ ਭੇਜਿਆ ਦਵਿੰਦਰਪਾਲ ਸਿੰਘ ਪੁੱਲੜ ਦਾ ਕੇਜਰੀਵਾਲ ਨੂੰ ਕਿ ਇਹਨੂੰ ਜਿਹੜੀ ਰਿਹਾਈ ਕਰਨੀ ਚਾਹੀਦੀ ਜਿਸ ਤਰ੍ਹਾਂ ਪੰਜਾਬ ਤੇ ਕੀਤੀ ਆ ਉਸੇ ਤਰ੍ਹਾਂ ਕਰਨੀ ਚਾਹੀਦੀ ਕੇਜਰੀਵਾਲ ਦੀ ਕੋਈ ਚਿੱਠੀ ਹੈ ਚਿੱਠੀਆਂ ਨੇ ਨਹੀਂ ਮੈਨੂੰ ਲਿਖੇ ਨੇ ਤੇ ਜਵਾਬ ਹੀ ਨਹੀਂ ਦਿੱਤਾ ਉਤੋਂ ਕਮੇਟੀ ਦੀ ਚਿੱਠੀ ਆ ਗਈ ਮੇਰੇ ਪ੍ਰਿੰਸੀਪਲ ਸੈਕਟਰੀ ਨੂੰ ਕਿ ਇਹ ਦਾ ਜਿਹੜਾ ਕੇਸ ਰਿਜੈਕਟ ਕੀਤਾ ਜਾਂਦਾ ਹੈ ਜੀ ਪੋਰੇ ਬਾਅਦ ਕੇਟੀਐਸ ਤੁਲਸੀ ਨੇ ਅਪੀਲ ਬਣਾਈ ਉਹ ਭੇਜੀ ਅਜ ਤੱਕ ਉਤੋਂ ਦਿੱਲੀ ਦੇ ਤੇ ਹਰ ਜਿੱਕੇਜਰੀਵਾਲ ਨੇ ਛੱਡਣਾ ਬਾਕੀ ਕੈਪਟਨ ਅਬਰਿੰਦਰ ਸਿੰਘ ਵੱਲੋਂ ਗਵਰਨਮੈਂਟ ਆਫ ਇੰਡੀਆ ਨੂੰ ਸਾਰਿਆਂ 19 ਬੰਦਿਆਂ ਦੀਆਂ ਚਿੱਠੀਆਂ ਲਿਖਾਈਆਂ ਕਿ ਇਹਨਾਂ ਨੇ ਆਪਣੀ ਸਜ਼ਾ ਕੱਟ ਲਈ ਤੇ ਉਸ ਵੇਲੇ ਕੌਣ ਸੀ ਉਸ ਗਵਰਨਮੈਂਟ ਦੇ ਵਿੱਚ ਸੁਖਵੀਰ ਬਾਦਲ ਦੀ ਧਰਮ ਪਤਨੀ ਕੀ ਸਮਝਦਾ ਫਿਰ ਸਿਆਸਤ ਹੋ ਰਹੀ ਹੈ ਇਹਨਾਂ ਦੇ ਯਾਰ ਅਕਾਲੀ ਦਲ ਬਿਨਾ ਸਿਆਸਤ ਤੋਂ ਕਰਦਾ ਕੀ ਆ ਤੂੰ ਹੀ ਮੈਨੂੰ ਇੱਕ ਗੱਲ ਦਾ ਜਵਾਬ ਦੋ ਕੱਲ ਵਿਰਸਾ ਬਲਟੋਆ ਪ੍ਰੈਸ ਕਾਨਫਰੰਸ ਕਰ ਰਿਹਾ ਯਾਰ ਉਹਦਾ ਕੋਈ ਕੋਈ ਲੈਵਲ ਹੈਗਾ ਕਿੱਥੇ ਬੈਠਦਾ ਹੁੰਦਾ ਸੀ ਉਥੇ ਵੱਡੇ ਵੱਡੇ ਲੀਡਰ ਬੈਠੇ ਹੁੰਦੇ ਸੀ ਤੇ ਅੱਜ ਉਹ ਜਿਹੜੀ ਲਾਈਨ ਬੈਠੀ ਸੀ ਉਹ ਪ੍ਰੈਸ ਕਾਨਫਰੰਸ ਕਰ ਦੇ ਕਾਬਿਲ ਹੈਗੀ ਆ ਸਿਆਸੀ ਬਦਲਾਖੋੜ ਦੇ ਇਲਜ਼ਾਮ ਲਗਾਏ ਕਿ ਇੱਕ ਇੱਕ ਮਿੰਟ ਉਹ ਕੋਈ ਹੈਗੀ ਆ ਕਿ ਜਿਹੜੀ ਜਿਹੜੀ ਚੀਜ਼ਾਂ ਨੇ ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਸੁਖਬੀਰ ਬਾਦਲ ਨੂੰ ਇਲੈਕਸ਼ਨ ਲੜਾਉਣੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਉਸੇ ਦਿਨ ਖਾਤਮਾ ਹੋ ਗਿਆ ਸਿਆਸੀ ਬਦਲਾਖੋੜ ਦੇ ਇਲਜ਼ਾਮ ਲਗਾਏ ਕਿ ਸੀ ਕਿ ਕਿਰਮ ਮਜੀਠੀ ਜਿਹੜਾ ਕਹਿੰਦੇ ਪਰਚਾ ਦਰਜ ਹੋਇਆ ਸੱਚ ਦੀ ਜਿੱਤ ਹੋਈ ਆ ਕਿਰਮ ਮਜੀਠੀ ਆ ਸਾਢੇ 5 ਮਹੀਨੇ ਬਾਅਦ ਬਾਹਰ ਆ ਗਏ ਜੀ ਉਹ ਤੇ ਬਰੀਓ ਕਿ ਆਗੇ ਨੇ ਤੁਸੀਂ ਜੋ ਆਪ ਦੇ ਦੋ ਨਹੀਂ ਨਹੀਂ ਜਮਾਨਤ ਮਿਲ ਗਈ ਨਹੀਂ ਤੁਸੀਂ ਮੈਨੂੰ ਸਵਾਲ ਪੁੱਛ ਕੀਤਾ ਕਿ ਬਾਹਰ ਆ ਗਏ ਨੇ ਜਮਾਨਤ ਮਿਲ ਗਈ ਇਹਨਾਂ ਨੂੰ ਤੇ ਜਮਾਨਤ ਜਿਹੜੀ ਆ ਉਹ ਤੇ ਜਿਹੜੇ ਕਾਤਲ ਹੁੰਦੇ ਆ ਉਹਨਾਂ ਨੂੰ 3 ਸਾਲ ਬਾਅਦ ਮਿਲ ਜਾਂਦੀ ਆ ਤੇ ਫੇਰ ਜਾ ਕੇ ਉਹਨਾਂ ਨੂੰ ਸਜ਼ਾ ਹੁੰਦੀ ਆ ਜਮਾਨਤ ਜਿਹੜੀ ਆ ਉਹ ਮਾਫੀ ਨਹੀਂ ਤੇ ਦੂਸਰੀ ਚੀਜ਼ ਮੈਂ ਕਹਿ ਦੇਣ ਕਿ ਸਿਆਸੀ ਬਦਲਾਖੋਰੀ ਨਹੀਂ ਸੀ ਵਿਕਰਮਜੀਤ ਸਿੰਘ ਮਜੀਠੀਆ ਥੱਲੜੀ ਅਦਾਲਤ ਤੋਂ ਚੱਲਿਆ ਕਿ ਮੇਰੀ ਜਮਾਨਤ ਦਿੱਤੀ ਜਾਵੇ ਮੈਨੂੰ ਅਗਾਊਂ ਜਮਾਨਤ ਦਿੱਤੀ ਜਾਵੇ ਉਹਦੇ ਬਾਅਦ ਉਹਨੇ ਕਵਾਸ਼ਿੰਗ ਪਾਈ ਆਈ ਕੋਰਟ ਦੇ ਵਿੱਚ ਕਿ ਇਹ ਕਟ ਪਰਚਾ ਗਲਤ ਹੈ ਨੂੰ ਕੈਨਸਲ ਕੀਤਾ ਜਾਵੇ ਤੁਹਾਨੂੰ ਸਾਰਿਆਂ ਨੂੰ ਪਤਾ ਉਹਦੇ ਬਾਅਦ ਸੁਪਰੀਮ ਕੋਰਟ ਚ ਗਿਆ ਤੇ ਜੇ ਸਿਆਸੀ ਬਦਲਾਖੋਰੀ ਹੁੰਦੀ ਤੇ ਸੁਪਰੀਮ ਕੋਰਟ ਨੇ ਇਹਨੂੰ ਐਂਟੀਸੀਪੇਟਰੀ ਵੀ ਦੇਣੀ ਸੀ ਤੇ ਉਹ ਵੀ ਕਾਨੂੰਨ ਨੇ ਆਖਿਆ ਜਾ ਕੇ ਅਦਾਲਤ ਚ ਪੇਸ਼ ਹੋ ਆਪਣੇ ਆਪ ਨੂੰ ਪੇਸ਼ ਕਰ ਨਾ ਕਿ ਇਹ ਸਿਆਸੀ ਬਦਲਾਖੋਰੀ ਆ ਜੋ ਕੀ ਸੀ ਉਹ ਤੇ ਇਹ ਜਰੂਰ ਮੈਂ ਕਹਿ ਸਕਦਾ ਕਿ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਆ ਇਹਨੇ ਕੇਸ ਪੂਰੇ ਤਰੀਕੇ ਨਾਲ ਲੜਿਆ ਨਹੀਂ ਇਹਨੇ ਐਸਐਸਆਈਟੀ ਚੇਂਜ ਕੀਤੀ ਉਹ ਐਸਐਸਆਈਟੀ ਨੇ ਆਪਣਾ ਜਵਾਬ ਵੀ ਹਾਈ ਕੋਰਟ ਚ ਨਹੀਂ ਦੇ ਸਕੀ ਇਹਦੇ ਪਿੱਛੇ ਕੀ ਲੁਕਵਾ ਇਹਨਾਂ ਦਾ ਅਜੰਡਾ 7525 ਦੀ ਜਿਹੜੀ ਖੇਡ ਸੀ ਉਹ ਹੁਣ ਅਸਲੀ ਉਹ ਨੰਗੀ ਹੋਈ ਆ ਜਿਹੜੇ ਕੇਜਰੀਵਾਲ ਨੇ ਮਾਫੀ ਮੰਗੀ ਸੀ ਉਸ ਮਾਫੀ ਦਾ ਮੁਆਵਜ਼ਾ ਜਿਹੜਾ ਉਹਨੇ ਬਿਕਰਮਜੀਠਿਆ ਨੂੰ ਬੇਲ ਕਰਵਾ ਕੇ ਦਿੱਤਾ ਇਹਦੇ ਬਾਰੇ ਸਾਨੂੰ ਸਵਾਲ ਪੁੱਛਣ ਦੀ ਬਜਾਏ ਤੁਹਾਨੂੰ ਮੈਂ ਪ੍ਰੈਸ ਵਾਲਿਆਂ ਨੂੰ ਕਹਿਣਾ ਕਿ 800 ਕਰੋੜ ਵਾਲਾ ਨਾ ਵੇਖੋ ਜਿਹੜਾ ਇਹਨਾਂ ਨੇ মিডিਆ ਲਈ ਰੱਖ ਦਿੱਤਾ ਐਡਵਰਟਾਈਜ਼ਮੈਂਟਲ ਹੀ ਰਹਾ ਤਾਂ ਇਹ ਵੇਖੋ ਕਿ ਆ ਝੰਡਾ ਕਿਵੇਂ ਬਰਕਰਾਰ ਰੱਖਣਾ ਉਹ ਪਾਕਿਸਤਾਨ ਵੱਲ ਵੇਖੋ ਉਧਰ ਨੂੰ ਵੇਖੋ ਕਿ ਜਿੱਥੋਂ ਜਿੱਥੋਂ ਚਿੱਟਾ ਆਉਂਦਾ ਉਹਦੇ ਵੱਲ ਨੂੰ ਵੇਖੀਏ ਮੈਨੂੰ ਪੁੱਛਣ ਦੀ ਬਜਾਏ ਐਡਵੋਕੇਟ ਜਨਰਲ ਨੂੰ ਪੁੱਛੋ ਕਿ ਕਿਉਂ ਨਹੀਂ ਜਾ ਕੇ ਕੇਸ ਲੜਿਆ ਹੋਮ ਮਿਨਿਸਟਰ ਭਗਵੰਤ ਮਾਨ ਨੂੰ ਪੁੱਛੋ ਤੇਰੇ ਡਿਪਾਰਟਮੈਂਟ ਚ ਕਿਉਂ ਨਹੀਂ ਕੇਸ ਲੜਿਆ ਗਿਆ ਕਿਦਾਂ ਇਹ ਬਾਹਰ ਆਇਆ ਸਾਨੂੰ ਸਵਾਲ ਇਹ ਮੈਨੂੰ ਉਸ ਦਿਨ ਪੁੱਛਣਾ ਸੀ ਜਿਸ ਦਿਨ ਮੈਂ ਹੋਮ ਮਿਨਿਸਟਰ ਸੀ ਉਹਦਾ ਮੈਂ ਤੁਹਾਡੀ ਇੱਕ ਇੱਕ ਗੱਲ ਦਾ ਜਵਾਬ ਦਿੰਦਾ ਦੂਸਰੀ ਚੀਜ਼ ਇਹ ਮੈਂ ਕਹਿਣਾ ਚਾਹੁੰਦਾ ਕਿ ਜਿਸ ਦਿਨ 24 ਮਾਰਚ ਨੂੰ ਨੇ ਸਰੈਂਡਰ ਕੀਤਾ ਉਸ ਦਿਨ ਕੋਡ ਆਫ ਕੰਡਕਟ ਸੀਗਾ ਉਹਨਾਂ ਨੇ ਉਹਦਾ ਲੈਣਾ ਸੀ ਤੇ ਬਾਅਦ ਚ ਇਹਨਾਂ ਦੀ ਸਰਕਾਰ 4 ਮਹੀਨੇ ਇਹਨਾਂ ਦੀ ਸਰਕਾਰ ਬਣੀ ਨਗੇ ਕਿਉਂ ਨਹੀਂ ਬਿਕਰ ਮਜੀਠੀ ਇਹਦਾ ਇਹਨਾਂ ਕਸਟੋਡੀਲ ਰਿਮਾਰਡ ਰਿਹਾ ਕਿਉਂ ਨਹੀਂ ਜੇਲ੍ਹ ਤੋਂ ਸੱਦ ਕੇ ਦੇ ਕੋਲ ਪੁੱਛਗਿੱਛ ਕੀਤੀ ਗਈ ਇਹਦੇ ਬਣ ਜੇ ਲਾਰੈਂਸ ਬਿਸ਼ਨੋਈ ਵਰਗੇ ਨੂੰ ਮੰਗਵਾ ਸਕਦੇ ਨੇ ਦੂਸਰੇ ਮੰਗਵਾ ਸਕਦੇ ਤੇ ਸ਼ਰਮ ਵਾਲੀ ਗੱਲ ਇਹ ਆ ਤੇ ਉਹਨਾਂ ਨੂੰ ਏਡੇ ਏਡੇ 20 25 25 40 40 ਹਜ਼ਾਰ ਦੀ ਟੀ-ਸ਼ਰਟ ਤੇ ਜੀਨ ਪਾ ਕੇ ਉਹਨਾਂ ਨੂੰ ਪੇਸ਼ ਕਰਿਆ ਜਦ ਇਹਦੇ ਤੋਂ ਵੱਧ ਲਾਹਨਤ ਵਾਲੀ ਕਿਹੜੀ ਗੱਲ ਹੈ ਕਿ ਇੱਕ ਗੁੰਡੇ ਨੂੰ ਏਡੇ ਵਧੀਆ ਤਰੀਕੇ ਨਾਲ ਰੱਖਿਆ ਜਾ ਰਿਹਾ ਇਹ ਤੋਂ ਵੱਧ ਕਿਹੜੀ ਗੱਲ ਆ ਅਕਲ ਵਾਲੀ ਪਾਰਟੀ ਜੀ ਗੇਟਮੈਂਟ ਹੋ ਗਈ ਕੋਈ ਅੱਜ ਜਿਹੜੀ ਜਿਹੜੀ ਜਮਾਨਤ ਹੋਈ ਹੈ ਤੈਨੂੰ ਹੋਰ ਤੇ ਸਮਝ ਨਹੀਂ ਆਈ ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਸਾਡੇ ਫੇਸਬੁਕ ਪੇਜ ਅੱਜ ਦੀ ਆਵਾਜ਼ ਨੂੰ ਫੋਲੋ ਕਰੋ ਅਤੇ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ ਇਸ ਦੇ ਨਾਲ ਹੀ YouTube ਦੇ ਉੱਤੇ ਸਾਡੇ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ ਲੇਟੈਸਟ ਬ੍ਰੇਕਿੰਗ ਖਬਰਾਂ ਦੇ ਲਈ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੀ ਜਾਣਕਾਰੀ ਦੇ ਲਈ ਸਾਨੂੰ ਫੋਲੋ ਕਰੋ ਦੇਸ਼ ਵਿਦੇਸ਼ ਦੀਆਂ ਵੱਡੀਆਂ ਖਬਰਾਂ ਹੁਣ ਸਿਰਫ ਅੱਜ ਦੀ ਆਵਾਜ਼ ਦੇ ਉੱਤੇ ਅੱਜ ਦੀ ਆਵਾਜ਼ ਦੇ ਅਖਬਾਰ ਦਾ ਈ ਪੇਪਰ ਐਡੀਸ਼ਨ ਪੜਨ ਦੇ ਲਈ ਸਾਡੀ ਵੈਬਸਾਈਟ ਦੇ ਉੱਤੇ ਵਿਜ਼ਿਟ ਕਰੋ ਪੰਜਾਬ ਦਾ ਭਰੋਸੇਮੰਦ ਅਖਬਾਰ ਰੋਜ਼ਾਨਾ ਅੱਜ ਦੀ ਆਵਾਜ਼